वो बहुत बढ़िया स्टेप ले रहा है, बहुत अच्छा इनिशिएटिव है, लोगों को बहुत हेल्पफुल हो सकता है ये, अच्छी सोच है। ਪੁਣੇ ਤੇ ਪਿੰਪਰੀ ਵਿੱਚ ਹੱਥਾਂ ਵਿੱਚ ਤਖਤੀ ਲੈ ਕੇ ਚੱਲ ਰਿਹਾ ਇਹ ਨੌਜਵਾਨ ਅੱਜ ਕੱਲ੍ਹ ਖਿੱਚ ਦਾ ਕੇਂਦਰ ਹੈ। ਮੈਨੂੰ ਆਪਣੀ ਕਹਾਣੀ ਦੱਸੋ, ਮੈਂ ਤੁਹਾਨੂੰ 10 ਰੁਪਏ ਦੇਵਾਂਗਾ। ਇਹ ਉਸਦੇ ਬੋਰਡ ਤੇ ਲਿਖਿਆ ਹੋਇਆ ਹੈ ਜਿਸ ਨੂੰ ਉਹ ਆਪਣੇ ਹੱਥਾਂ ਵਿੱਚ ਲੈ ਕੇ ਘੁੰਮਦਾ ਹੈ। ਹੱਥਾਂ ਵਿੱਚ ਤਖਤੀ ਲਈ ਫਿਰਦਾ ਇਹ ਨੌਜਵਾਨ ਰਾਜ ਡਗਵਰ ਹੈ। ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਰਾਜ ਨੇ ਮਾਨਸਿਕ ਤਣਾਅ ਦੀ ਸਮੱਸਿਆ ਨੂੰ ਮਹਿਸੂਸ ਕੀਤਾ, ਇਸ ਲਈ ਉਸਨੇ ਤਣਾਅ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਲਿਆ। ਉਹ ਅਜਿਹਾ ਕਿਉਂ ਕਰ ਰਿਹਾ ਹੈ, ਆਓ ਉਹਨਾਂ ਤੋਂ ਹੀ ਸੁਣਦੇ ਹਾਂ। ਉਦਾਸੀ ਅਤੇ ਬੇਚੈਨ ਦਿਮਾਗ ਨਾਲ ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਹਨ। ਇਹਨਾਂ ਲੋਕਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਕਈਆਂ ਨੂੰ ਇਹ ਡਰ ਹੁੰਦਾ ਹੈ ਕਿ ਦੂਜੇ ਲੋਕ ਕੀ ਕਹਿਣਗੇ। ਮੈਂ ਅਜਿਹੇ ਲੋਕਾਂ ਲਈ ਹੀ ਇੱਥੇ ਹਾਂ। ਉਹ ਮੇਰੇ ਸਾਹਮਣੇ ਖੁੱਲ੍ਹ ਸਕਦੇ ਹਨ ਅਤੇ ਮੈਂ ਉਹਨਾਂ ਨੂੰ 10 ਰੁਪਏ ਦੇਵਾਂਗਾ। ਇਹ ਪੈਸਾ ਸਿਰਫ ਲੋਕਾਂ ਦੀ ਮਦਦ ਲਈ ਹੈ। काही बोलायचं तुम्ही मला सांगू शकता आणि आपली आजूबाजूला जेवढे लोक आहेत त्यांना मदत करू या, आणि जेवढंही डिप्रेशननी लोक सफर होत आहेत त्यांना 2 मिनिटं बोलू, त्यांना खुश करू, आणि डिप्रेशन जर आपल्यामुळे जर कोणाला कमी होतं चांगलंच होणार। आज दी जिंदगी च हर व्यक्ती रुज्या होया है, गलबात दी घाट कारण ए वध रहा है, इसलिए मानसिक सेहत एक वड्डी समस्या बन रही है। इसे कारण राज ने सरोता यात्रा शुरू की थी ता जो अजिहे लोकां दी मानसिक तौर ते मदद कीती जा सके। ਰਾਜ ਦੇ ਇਸ ਉਪਰਾਲੇ ਦੀ ਲੋਕ ਪ੍ਰਸ਼ੰਸਾ ਕਰ ਰਹੇ ਹਨ। ਬਹੁਤ ਅੱਛਾ ਇਨੀਸ਼ੀਏਟਿਵ ਹੈ, ਲੋਕੋ ਕੋ ਬਹੁਤ ਹੈਲਪਫੁਲ ਹੋ ਸਕਤਾ ਹੈ ਯੇ, ਲਾਈਕ ਜੋ ਨਹੀਂ ਬੋਲ ਪਾਤੇ ਹੈ ਯਾ ਨਹੀਂ ਸ਼ੇਅਰ ਕਰ ਪਾਤੇ ਹੈ ਵੋ ਅੱਛੀ ਤਰੀਕੇ ਸੇ ਐਕਸਪ੍ਰੈਸ ਕਰ ਸਕਤੇ ਹੈ, ਬਿਕੋਜ਼ ਹੀ ਡੋਂਟ ਨੋ ਐਨੀਬਡੀ ਔਰ ਸਾਹਮਣੇ ਵਾਲਾ ਵੀ ਉਸਕੋ ਪਹਿਚਾਨਤਾ ਨਹੀਂ ਹੈ, ਸੋ ਹੀ ਕੈਨ ਸ਼ੇਅਰ। ਰਾਜ ਦੇ ਮਾਪੇ ਉਸਦੀ ਪਹਿਲ ਤੇ ਮਾਨ ਕਰਦੇ ਹਨ। ਉਹ ਮੰਨਦੇ ਹਨ ਕਿ ਚੰਗਾ ਪਾਲਣ ਪੋਸ਼ਣ ਅਤੇ ਅਧਿਆਤਮਵਾਦ ਹੀ ਉਸਦੀ ਪਹਿਲਕਦਮੀ ਦੀ ਬੁਨਿਆਦ ਹੈ। ਆਪਣਾ ਮੁਲਗਾ ਹੱਥਾਂ ਦੇ ਇੱਕ ਫਲਕ ਹੈ ਤੋ ਅਣੀ ਤੋ ਸੱਚਾ ਰੂਪ ਹਰਾ ਤੋ ਪਹਿਲਾਂ ਅਸੀਂ ਅਜੀਬ ਮਹਿਸੂਸ ਕਰਦੇ ਸੀ, ਪਰ ਜਦੋਂ ਸਾਨੂੰ ਇਸ ਦੇ ਮਕਸਦ ਦਾ ਅਹਿਸਾਸ ਹੋਇਆ ਤਾਂ ਸਾਡੇ ਵਿਚਾਰ ਬਦਲ ਗਏ। ਅਸੀਂ ਸੋਚਿਆ ਕਿ ਇਸ ਉਦਮ ਪਿੱਛੇ ਇੱਕ ਚੰਗੇ ਪਾਲਣ ਪੋਸ਼ਣ ਨੇ ਵੱਡੀ ਭੂਮਿਕਾ ਨਿਭਾਈ ਹੈ। ਅਸੀਂ ਉਸ ਬਾਰੇ ਸੋਚ ਕੇ ਮਾਣ ਮਹਿਸੂਸ ਕਰਦੇ ਹਾਂ। तर मी हेच म्हणेल की संस्कार तो बालपणापासून पूजनीय पांडुरंग शास्त्री आठवले यांच्या स्वाध्याय केंद्रामध्ये बालसंस्कार केंद्र ते युवक केंद्र यांच्या सानिध्यात वाढलाय। त्यात संवाद काय असतं, त्याचे काय महत्व हे तो बघत आलाय। कदाचित यामुळेच त्याला हे करण्याची प्रेरणा मिळाली असावी। आम्हाला तो हे करतोय त्याचा खूप आनंद आहे। आणि आज राजचे सानू राज दे मापिया वजो पछाणे जाण उते मान है। And Raj Dada, just like the school times, I am feeling very proud to be your brother again. So, best of luck and keep up the spirit. प्रसिद्ध संत रामदास स्वामी का कहना है कि मन की शांति लिए खुश रहना सब तो जरूरी है। राज असल विच लोका लिए अजिहा ही कर रहा है। ब्यूरो रिपोर्ट, ईटीवी भारत। To watch 24/7 News Live, download ETV Bharat app.